ਇੰਨੇ ਟਾਈਮ ਬਾਅਦ ਨਵਾਂ ਚੈਪਟਰ ਸ਼ੁਰੂ ਕਰਨ ਲੱਗੀ ਹੈ। ਚੈਪਟਰ ਦਾ ਨਾਮ ਕੀ ਹੈ? ਵੈਕਟਰ ਅਲਜੈਬਰਾ, ਚੈਪਟਰ ਨੰਬਰ 10। ਹੁਣ ਇੱਕ ਗੱਲ ਦੱਸੋ, ਮੰਨ ਲਓ ਮੇਰਾ ਭਾਰ ਕਿੰਨਾ ਹੋਊਗਾ? ਤੁੱਕਾ ਲਓ, ਭਾਰ 40, 50, 55, 65। ਤੁਸੀਂ ਸਾਰੇ ਨੇ ਜਵਾਬ ਦਿੱਤੇ 40, 50, 55, 60। ਇਹ ਕੀ ਹੈ? ਇੱਕ ਇਕੱਲਾ ਨੰਬਰ ਨੰਬਰ ਹੈ ਨਾ, ਕਿ ਤੁਹਾਡੀ ਤੁਹਾਡਾ ਭਾਰ ਜਾਂ ਤੁਹਾਡੀ ਹਾਈਟ ਕਿੰਨੀ ਹੋਊਗੀ, 5 ਫੁੱਟ 7 ਇੰਚ, 4 ਇੰਚ, ਜੋ ਵੀ ਹੈ, ਸਿਰਫ ਇੱਕ ਨੰਬਰ ਹੈ ਨਾ। ਜੇ ਹੁਣ ਮੈਂ ਇੱਕ ਹੋਰ ਐਗਜ਼ਾਮਪਲ ਦਿੰਦੀ ਹਾਂ, ਮੰਨ ਲਓ ਤੁਸੀਂ ਮੋਗੇ ਤੋਂ ਲੁਧਿਆਣੇ ਜਾਓ, ਠੀਕ ਹੈ, ਪਹਿਲਾਂ ਕਿੰਨੇ ਕਿਲੋਮੀਟਰ ਕਵਰ ਕਰੋਗੇ ਲੁਧਿਆਣੇ ਪਹੁੰਚਣ ਲਈ? 60-65 ਕਿਲੋਮੀਟਰ ਹੈ ਨਾ ਕਿਲੋਮੀਟਰ। ਹੁਣ ਤੁਸੀਂ ਕਿਹਾ ਕਿ ਮੋਗੇ ਤੋਂ ਲੁਧਿਆਣਾ 60 ਕਿਲੋਮੀਟਰ ਹੈ, ਮੰਨ ਲਓ 65 ਕਿਲੋਮੀਟਰ। ਪਹਿਲੀ ਗੱਲ ਹੋ ਗਈ, ਇੱਕ ਨੰਬਰ ਆ, ਦੂਰੀ ਕਿੰਨੀ ਹੋਈ 65 ਕਿਲੋਮੀਟਰ ਡਿਸਟੈਂਸ। ਦੂਜੀ ਗੱਲ, ਹੁਣ ਮੋਗੇ ਤੋਂ ਲੁਧਿਆਣਾ ਇੱਕ ਦਿਸ਼ਾ ਵੀ ਦੱਸਦੀ ਪਈ ਹੈ ਨਾ, ਕਿ ਮੈਂ ਮੋਗੇ ਤੋਂ ਲੁਧਿਆਣੇ ਜਾਣਾ। ਮੰਨ ਲਓ ਮੈਂ ਜਾਣਾ ਮੋਗੇ ਤੋਂ ਲੁਧਿਆਣੇ ਆ, ਗਲਤੀ ਨਾਲ ਮੈਂ ਬੱਸ ਚੜ ਗਈ ਮੋਗੇ ਤੋਂ ਫਿਰੋਜ਼ਪੁਰ ਦੀ, ਤੇ ਦਿਸ਼ਾ ਗਲਤ ਹੋ ਗਈ ਕਿ ਸਹੀ? ਉਲਟ ਦਿਸ਼ਾ ਚੜ ਗਈ, ਜਾਣਾ ਤਾਂ ਮੋਗੇ ਤੋਂ ਲੁਧਿਆਣਾ ਸੀ। ਯਾਨੀ ਕਿ ਜੇ ਮੈਂ ਕਹਿੰਦੀ ਹਾਂ ਮੋਗੇ ਤੋਂ ਲੁਧਿਆਣਾ, ਤਾਂ ਇੱਕ ਡਾਇਰੈਕਸ਼ਨ ਆਪਾਂ ਨੂੰ ਪਤਾ ਚੱਲ ਗਈ ਦਿਸ਼ਾ, ਯਾਨੀ ਮੈਂ ਪਤਾ ਚੱਲਦੀ ਪਈ ਨਾ, ਪਤਾ ਚੱਲਦੀ ਪਈ ਨਾ। ਹੁਣ ਇਸ ਐਗਜ਼ਾਮਪਲ ਚ ਦੋ ਚੀਜ਼ਾਂ ਦਿਖਦੀਆਂ ਪਈਆਂ, ਇੱਕ ਇਕੱਲਾ ਦੂਰੀ ਡਿਸਟੈਂਸ, ਦੂਰੀ ਨੰਬਰ ਡਾਇਰੈਕਸ਼ਨ, ਇੱਕ ਪਤਾ ਚੱਲਦੀ ਪਈ ਹੈ ਡਾਇਰੈਕਸ਼ਨ। ਤਾਂ ਜਿਹੜੀ ਉਦਾਹਰਣ, ਜਿਹੜੀ ਚੀਜ਼ ਇਕੱਲਾ ਇੱਕ ਚੀਜ਼ ਦੱਸੇ, ਇਕੱਲਾ ਨੰਬਰ ਦੱਸੇ, ਜਿਵੇਂ ਵੇਟ, ਹਾਈਟ, ਤਾਂ ਉਹਨੂੰ ਆਪਾਂ ਸਕੇਲਰ ਕੀ ਕਹਿੰਦੇ ਹਾਂ ਆਪਾਂ, ਜਿਹੜਾ ਇਕੱਲਾ ਇੱਕ ਨੰਬਰ ਦੱਸਦਾ, ਜਿਵੇਂ 5 ਪੈਸੇ, 1000 ਰੁਪਇਆ, ਇਕੱਲਾ ਇੱਕ ਨੰਬਰ, ਉਹ ਸਕੇਲਰ। ਪਰ ਜਿਹੜੀ ਚੀਜ਼ ਦੋਵੇਂ ਚੀਜ਼ਾਂ ਦੱਸੇ, ਨੰਬਰ ਵੀ ਤੇ ਦਿਸ਼ਾ ਜਾਂ ਡਾਇਰੈਕਸ਼ਨ, ਉਹਨੂੰ ਕਹਿੰਦੇ ਆ ਵੈਕਟਰ। ਸਮਝ ਲੱਗ ਗਈ? ਇਕੱਲੀ ਇੱਕ ਚੀਜ਼ ਨੰਬਰ ਦੱਸਣ ਵਾਲਾ ਸਕੇਲਰ, ਨੰਬਰ ਦੇ ਨਾਲ ਦਿਸ਼ਾ ਡਾਇਰੈਕਸ਼ਨ ਦੱਸਣ ਵਾਲਾ ਵੈਕਟਰ। ਸਮਝ ਲੱਗ ਗਈ? ਵੈਕਟਰ ਦਾ ਮਤਲਬ ਪਤਾ ਚੱਲ ਗਿਆ। ਹੁਣ ਦੂਜੀ ਗੱਲ, ਹੁਣ ਵੈਕਟਰ ਮੰਨ ਲਓ ਕਰਾਂਗੇ, ਜਿੰਨਾ ਬਿਨਾਂ ਲਿਖੇ
ਜਾਣਗੇ, ਸਿਰਫ ਦੇਖ ਕੇ ਪਤਾ ਚੱਲ ਜਾਏਗੀ ਵੈਕਟਰ ਉੱਪਰ ਸਾਈਨ। ਇਹ ਸਕੇਲਰ ਤਾਂ ਹੈਗਾ ਹੀ ਹੈਗਾ, ਵੈਕਟਰ ਵਿੱਚ ਸਕੇਲ ਨੰਬਰ ਤੋਂ ਇਲਾਵਾ ਇੱਕ ਚੀਜ਼ ਚਾਹੀਦੀ ਹੈ ਦਿਸ਼ਾ ਦੀ, ਉਹਦੇ ਲਈ ਡਾਇਰੈਕਸ਼ਨ ਪਾ ਦੇ। ਹੁਣ ਇਹ ਡਾਇਰੈਕਸ਼ਨ ਪਾਉਣ ਨਾਲ ਇਹ ਕੀ ਬਣ ਗਿਆ, ਇਹੀ ਇਹਦੀ ਪਹਿਚਾਣ। ਹੁਣ ਆਪਾਂ ਵੈਕਟਰ ਦੇ ਟਾਈਪਸ ਕਰਾਂਗੇ, ਕਿੰਨੀ ਤਰ੍ਹਾਂ ਦੇ ਵੈਕਟਰਸ ਹੁੰਦੇ ਇਹਦੇ ਵਿੱਚ। ਆਪਾਂ ਨੂੰ ਨਾ ਇੱਕ ਦੋ ਵੈਕਟਰਸ ਆ, ਇਕੁਅਲ ਵੈਕਟਰਸ ਸਭ ਤੋਂ ਜ਼ਿਆਦਾ ਲੋੜ। ਇਸ ਇਕੁਅਲ ਵੈਕਟਰਸ ਦੇ ਬੇਸ ਤੇ ਹੀ ਆਪਾਂ ਸਾਰੀ ਐਕਸਰਸਾਈਜ਼ਾਂ ਕਰਨੀਆਂ, ਠੀਕ ਹੈ। ਇਹ ਯਾਦ ਰੱਖੋ, ਸਭ ਤੋਂ ਪਹਿਲਾਂ ਜ਼ੀਰੋ ਜ਼ੀਰੋ ਵੈਕਟਰ, ਜਿਵੇਂ ਜ਼ੀਰੋ ਨਾਮ ਤੋਂ ਹੀ ਪਤਾ ਹੈ, ਜਿਹੜੇ ਵੈਕਟਰ ਦੀ ਦੂਰੀ ਡਿਸਟੈਂਸ ਨੰਬਰ ਕਿੰਨਾ ਹੋਊਗਾ, ਜ਼ੀਰੋ, ਠੀਕ ਹੈ ਜੀ। ਹੁਣ ਇੱਕ ਗੱਲ, ਆਪਾਂ ਕਹਿਤਾ ਕਿ ਏਹੀ ਆਹ ਵੈਕਟਰ, ਹੁਣ ਜੇ ਆਪਾਂ ਇਹਦੀ ਦੂਰੀ ਡਾਇਰੈਕਸ਼ਨ ਤਾਂ ਦੇਖ ਕੇ ਪਤਾ ਚੱਲਦੀ ਪਈ ਹੈ, ਪਰ ਜੇ ਇਹਦੀ ਦੂਰੀ ਡਿਸਟੈਂਸ ਨੰਬਰ ਕੱਢਣਾ ਹੋਵੇ ਤਾਂ ਉਹਨੂੰ ਦਿਖਾਉਣ ਦਾ ਕੀ ਤਰੀਕਾ ਹੁੰਦਾ, ਉਦੋਂ ਇਹਦੇ ਆਸੇ ਪਾਸੇ ਐਵੇਂ ਤੋਂ ਲਾਈਦਾ। ਇਹ ਮੋਡੂਲਸ ਵੀ ਹੁੰਦਾ, ਇਹ ਜਿਹੜਾ ਨਿਸ਼ਾਨ ਹੈ ਨਾ ਮੋਡੂਲਸ ਦਾ ਅਸਲੀ ਹੁੰਦਾ ਤੇ ਮੋਡੂਲਸ ਹੈ, ਪਰ ਮੋਡੂਲਸ ਦਾ ਅਸਲੀ ਮੀਨਿੰਗ ਹੁੰਦਾ ਏ ਤੋਂ ਬੀ ਤੱਕ ਦੀ ਦੂਰੀ, ਉਹਨੂੰ ਕਹਿੰਦੇ ਮੋਡੂਲਸ। ਹੁਣ ਆਪਾਂ ਕਰਦੇ ਪਏ ਸੀ ਵੈਕਟਰ ਦੀਆਂ ਟਾਈਪਸ। ਜ਼ੀਰੋ ਵੈਕਟਰ, ਮੰਨ ਲਓ ਏ ਕੋਈ ਵੀ ਵੈਕਟਰ ਹੈ, ਠੀਕ ਹੈ। ਹੁਣ ਜਦੋਂ ਏ ਦਾ ਡਿਸਟੈਂਸ ਨੰਬਰ ਕਿੰਨਾ ਹੋ ਜਾਏ, ਤੁਹਾਨੂੰ ਜ਼ੀਰੋ, ਇਹ ਕਦੋਂ ਹੋਊਗਾ ਕੋਈ ਦੱਸ ਸਕਦਾ, ਕਿਹੜੀ ਐਗਜ਼ਾਮਪਲ ਹੋ ਸਕਦੀ? ਹਾਂ ਆਪਦੇ ਤੱਕ ਰਹੂਗੀ, ਮੈਥ ਵਿੱਚ ਇਹਨੂੰ ਕਿਵੇਂ ਕਹਾਂਗੇ, ਤਾਂ ਦੇਸੀ ਭਾਸ਼ਾ ਕਹਿੰਦੇ ਕਿ ਆਪਦੇ ਤੱਕ ਹੀ ਰਹੂਗੀ, ਕਿਵੇਂ? ਮਤਲਬ ਜਿਵੇਂ ਮੈਂ ਆਪਣੀ ਧਰ ਲਵਾਂ, ਮੈਂ ਇੱਥੇ ਖੜੀ ਹਾਂ, ਮੈਂ ਤੁਰੀ ਨੀ, ਜੇ ਮੈਂ ਕਿਤੇ ਤੁਰੀ ਨੀ ਉੱਥੇ ਖੜੀ ਹਾਂ, ਤਾਂ ਯਾਦ ਨਾ ਤਾਂ ਮੈਂ ਦੂਰੀ ਕੋਈ ਕਵਰ ਕੀਤੀ ਤੇ ਨਾ ਹੀ ਮੈਂ ਕਿਸੇ ਪਾਸੇ ਤੁਰੀ ਹੈ, ਤੇ ਡਾਇਰੈਕਸ਼ਨ ਵੀ ਮੇਰੀ ਉੱਥੇ ਜ਼ੀਰੋ ਹੀ ਹੋ ਗਈ। ਜੇ ਤੁਸੀਂ ਉੱਥੇ ਬੈਠੇ ਨਾ, ਤੁਸੀਂ ਕੋਈ ਦੂਰੀ ਕਿਤੇ ਤੁਰੇਗੇ ਤਾਂ ਦੂਰੀ ਵੀ ਨੀ ਤੈਅ ਕੀਤੀ, ਤਾਂ ਕਿੱਧਰ ਪਾਸੇ ਤੁਰੀ ਹੋ, ਡਾਇਰੈਕਸ਼ਨ ਵੀ ਤੁਹਾਡੀ ਕੋਈ ਹੈ ਨੀ, ਤਾਂ ਇਸ ਮਤਲਬ ਉੱਥੇ ਤੁਸੀਂ ਕੀ ਬਣ ਗਏ, ਜ਼ੀਰੋ। ਜ਼ੀਰੋ ਦਾ ਮਤਲਬ ਜਿੱਥੇ ਡਿਸਟੈਂਸ ਵੀ ਕੁਛ ਨੀ, ਡਿਸਟੈਂਸ ਵੀ ਜ਼ੀਰੋ ਹੋਵੇ ਤੇ ਡਾਇਰੈਕਸ਼ਨ ਵੀ ਕੋਈ ਨਾ ਹੋਵੇ, ਉਹ ਕਦੋਂ ਹੋਵੇ ਜਦੋਂ ਬੰਦਾ ਜਿੱਥੇ ਖੜਾ ਉੱਥੇ ਹੀ ਰਹਿ ਗਿਆ। ਹੁਣ ਮੈਥ ਵਿੱਚ ਇਹਨੂੰ ਕਿਵੇਂ ਕਹਾਂਗੇ, ਜਿਹੜੀ ਆਪਾਂ ਉਦਾਹਰਣ ਲਿੱਤੀ ਸੀ ਏ ਬੀ, ਇਹਨੂੰ ਮੈਥ ਵਿੱਚ ਕਿਵੇਂ ਕਹਾਂਗੇ, ਇੱਥੇ ਕੀ ਹੈ, ਆਹ ਏ ਬੀ ਇੱਕ ਆਪਾਂ ਵੈਕਟਰ ਬਣਾਇਆ ਸੀ, ਇਹਨੂੰ ਜ਼ੀਰੋ ਵੈਕਟਰ ਬਣਾਉਣ ਲਈ ਜੇ ਬੀ ਨੂੰ ਇੱਥੋਂ ਤੋੜ ਕੇ ਵਾਪਸ ਇਹਦੇ ਉੱਪਰ ਹੀ ਪਹੁੰਚ ਜਾਏ, ਯਾਨੀ ਕਿ ਏ ਤੇ ਬੀ ਕੀ ਹੋ ਜਾਣ ਸੇਮ, ਜਿੱਥੋਂ ਸ਼ੁਰੂ ਹੋਈ ਉੱਥੇ ਹੀ, ਜਾਂ ਫਿਰ ਤੁਰੇ ਆਈ ਨਹੀਂ, ਸਭ ਤੋਂ ਵੱਡੀ ਉਦਾਹਰਣ, ਠੀਕ ਹੈ। ਉਹਨੂੰ ਕੀ ਕਹਿੰਦੇ ਸੀ, ਸਮਝ ਲਾ, ਯੂਨਿਟ ਵੈਕਟਰ। ਯੂਨਿਟ ਦਾ ਮਤਲਬ ਇੱਕ, ਯੂਨਿਟ ਹਮੇਸ਼ਾ ਇੱਕ, ਤਾਂ ਜਿੱਥੇ ਏ ਦਾ ਡਿਸਟੈਂਸ ਕਿੰਨਾ ਹੋ ਜਾਏ, ਡਾਇਰੈਕਸ਼ਨ ਕੋਈ ਵੀ ਹੋ ਸਕਦੀ ਹੈ, ਇਹ ਧਿਆਨ ਰੱਖੋ। ਜ਼ੀਰੋ ਵਿੱਚ ਡਾਇਰੈਕਸ਼ਨ ਵੀ ਜ਼ੀਰੋ, ਮਤਲਬ ਡਾਇਰੈਕਸ਼ਨ ਤੁਰੇਗੀ ਤੇ ਡਿਸਟੈਂਸ ਵੀ ਜ਼ੀਰੋ। ਯੂਨਿਟ ਵਿੱਚ ਡਾਇਰੈਕਸ਼ਨ ਕੋਈ ਵੀ ਹੋ ਸਕਦੀ ਹੈ, ਡਿਸਟੈਂਸ ਹੁੰਦਾ ਇੱਕ। ਇਕੱਠਾ ਸੇਮ, ਹੁਣ ਇੱਥੇ ਕੋ ਇਨੀਸ਼ੀਅਲ ਵੈਕਟਰਸ
ਡਾਇਰੈਕਸ਼ਨ ਜਿੱਧਰ ਮਰਜ਼ੀ ਹੈ, ਉਹਦੀ ਡਾਇਰੈਕਸ਼ਨ ਉੱਧਰ ਦੂਆ ਹੈ, ਬੀ ਦੀ ਡਾਇਰੈਕਸ਼ਨ ਥੱਲੇ ਨੂੰ, ਪਰ ਜਿੱਥੋਂ ਤੁਰੇ ਆ ਦੋਵਾਂ ਦਾ ਕੀ ਹੈ ਸੀ। ਮੰਨ ਲਓ ਦੋ ਦੋਸਤ ਦੋਵੇਂ ਮੋਗੇ ਤੋਂ ਤੁਰੇ, ਇੱਕ ਦੋਸਤ ਮੋਗੇ ਤੋਂ ਲੁਧਿਆਣੇ ਗਿਆ, ਇੱਕ ਦੋਸਤ ਮੋਗੇ ਤੋਂ ਫਿਰੋਜ਼ਪੁਰ ਗਿਆ, ਦੋਵੇਂ ਤੁਰੇ ਮੋਗੇ ਤੋਂ, ਪਰ ਦੋਵੇਂ ਡਾਇਰੈਕਸ਼ਨ ਸੇਮ ਵੀ ਹੋ ਸਕਦੀ ਹੈ, ਅਲੱਗ ਅਲੱਗ ਵੀ ਹੋ ਸਕਦੀ। ਆਪਣਾ ਮਕਸਦ ਸ਼ੁਰੂਆਤੀ ਕੋ ਲੀਨੀਅਰ, ਕੋ ਮਤਲਬ ਉਹਨੇ ਆਪਾਂ ਕਿਹਾ ਸੇਮ, ਲੀਨੀਅਰ ਮਤਲਬ ਕਿ ਇੱਥੇ ਲੀਨੀਅਰ, ਲੀਨੀਅਰ ਦਾ ਮਤਲਬ ਵੈਸੇ ਇੱਕ ਸੇਮ ਲਾਈਨ ਹੁੰਦੀ, ਲਾਈਨ ਤੋਂ ਬਣਦਾ ਹੈ ਲੀਨੀਅਰ। ਹੁਣ ਇੱਥੇ ਕੀ ਹੈ ਸੇਮ ਲਾਈਨ ਦਾ ਮਤਲਬ ਕਿ ਜਿਹੜੇ ਦੋ ਵੈਕਟਰ ਆ, ਮੰਨ ਲਓ ਆਹ ਤੇ ਆਹ ਵੈਕਟਰ, ਏ ਤੇ ਬੀ ਵੈਕਟਰ, ਇਹ ਦੋਵੇਂ ਵੈਕਟਰ ਇੱਕੋ ਹੀ ਲਾਈਨ ਦੇ ਪੈਰਲਲ ਹੋਣ, ਆ ਏ ਵੈਕਟਰ ਆ ਬੀ ਵੈਕਟਰ। ਹੁਣ ਆ ਦੇਖੋ, ਆ ਏ ਵੈਕਟਰ ਵੀ ਇਸ ਲਾਈਨ ਦੇ ਪੈਰਲਲ ਹੈ ਨਾ, ਬੀ ਵੈਕਟਰ ਵੀ ਸੇਮ ਲਾਈਨ ਦੇ ਪੈਰਲਲ ਹੈ, ਤੇ ਇਹਨੂੰ ਏ ਤੇ ਬੀ ਨੂੰ ਕੋਲੀਨੀਅਰ ਵੈਕਟਰਸ ਕਹਾਂਗੇ, ਜੋ ਕਿਸੇ ਇੱਕੋ ਹੀ ਲਾਈਨ ਦੇ ਪੈਰਲਲ। ਆ ਵੀ ਲਾਈਨ ਹੋ ਸਕਦੀ ਹੈ, ਸੀ ਲਾਈਨ ਵੀ ਸੇਮ ਹੋ ਸਕਦੀ ਹੈ। ਪੈਰਲਲ ਦਾ ਮਤਲਬ ਕੀ ਹੁੰਦਾ ਕੋਈ ਦੱਸੂਗਾ? ਸਭ ਤੋਂ ਵਧੀਆ ਉਦਾਹਰਣ ਰੇਲਵੇ ਟਰੈਕ ਦੇ ਹੈ, ਰੇਲਵੇ ਟਰੈਕ ਆ, ਇਹ ਦੋਵਾਂ ਦਾ ਰੇਲਵੇ ਟਰੈਕ ਜਿੱਥੇ ਰੇਲ ਗੱਡੀ ਚੱਲਦੀ ਹੈ ਦੋ ਲਾਈਨਾਂ ਵਿੱਚ, ਹੈ ਨਾ। ਹੁਣ ਉਹ ਜਿਹੜੇ ਮਰਜ਼ੀ ਡਿਸਟੈਂਸ ਤੇ ਦੇਖ ਲਓ, ਚਾਹੇ ਮੋਗੇ ਦੇਖ ਲਓ, ਜੇ ਉਹ ਰੇਲਵੇ ਲਾਈਨ ਲੁਧਿਆਣੇ ਚੋਂ ਵੀ ਪਾਸ ਹੁੰਦੇ ਤਾਂ ਲੁਧਿਆਣੇ ਦੇਖ ਲਓ, ਜੇ ਉਹ ਰੇਲਵੇ ਲਾਈਨ ਸ਼੍ਰੀਨਗਰ ਤੋਂ ਪਾਸ ਹੁੰਦੇ ਤਾਂ ਸ਼੍ਰੀਨਗਰ ਦੇਖ ਲਓ, ਦੋਵਾਂ ਦੇ ਵਿੱਚ ਘਰ ਹਰ ਕਿਤੇ ਡਿਸਟੈਂਸ ਕੀ ਹੋਊਗਾ ਸੇਮ। ਜੇ ਥੋੜੀ ਜਿਹੀ ਵੀ ਲਾਈਨ ਮੰਨ ਲਓ ਐਵੇਂ ਕਰ ਗਈ, ਉੱਥੇ ਹੀ ਉਹ ਰੇਲ ਗੱਡੀ ਨੇ ਪਟੜੀ ਤੋਂ ਉੱਤਰ ਜਾਣਾ ਤਾਂ ਉੱਥੇ ਐਕਸੀਡੈਂਟ। ਤਾਂ ਇਸ ਨਾਲ ਰੇਲਵੇ ਲਾਈਨ ਦਾ ਜਿਹੜਾ ਟਰੈਕ ਹੁੰਦਾ ਪੈਰਲਲ ਹੁੰਦਾ, ਜ਼ਰੂਰੀ ਹੈ। ਜੇ ਨਹੀਂ ਹੋਇਆ ਉੱਥੇ ਹੀ ਐਕਸੀਡੈਂਟ ਹੋਇਆ। ਤਾਂ ਡੈਫੀਨੇਸ਼ਨ ਕੀ ਹੈ ਕਿ ਹਰ ਕਿਤੇ ਲਾਈਨਾਂ ਦੇ ਵਿਚਕਾਰ ਫਰਕ ਕੀ ਹੋਊਗਾ ਸੇਮ, ਜਿੱਥੋਂ ਤੱਕ ਉਹ ਜਾਊਗਾ। ਹੁਣ ਆਹ ਦੇਖੋ, ਆਪਾਂ ਕਹਿੰਦੇ ਹਾਂ ਦੋ ਵੈਕਟਰਸ ਏ ਤੇ ਬੀ ਨੂੰ ਇਕੁਅਲ ਕਰ, ਮੈਂ ਵੀ ਇਕੁਅਲ ਪਾ ਦਿੰਦਾ, ਕਦੋਂ ਹੋਣਗੇ? ਜਿਹੜੀਆਂ ਦੋ ਚੀਜ਼ਾਂ ਵਰਤਦੀਆਂ ਦੋਵੇਂ ਬਰਾਬਰ ਹੋਣੀਆਂ ਚਾਹੀਦੀਆਂ। ਪਹਿਲੀ ਵੈਕਟਰ ਦੀ ਡੈਫੀਨੇਸ਼ਨ 'ਚ ਡਿਸਟੈਂਸ ਆਉਂਦਾ ਦੂਰੀ, ਯਾਨੀ ਕਿ ਦੋਵਾਂ ਦਾ ਜਿਹੜਾ ਸਕੇਲਰ ਨੰਬਰ ਹੈ ਡਿਸਟੈਂਸ ਹੈ, ਮੈਗਨੀਟਿਊਡ ਦਾ ਆਪਸ ਕੀ ਹੋਣਾ ਚਾਹੀਦਾ ਬਰਾਬਰ, ਯਾਨੀ ਕਿ ਏ ਦਾ ਡਿਸਟੈਂਸ ਤੇ ਬੀ ਦਾ ਭਾਰ ਆਪਸ ਕੀ ਹੋਣਾ ਚਾਹੀਦਾ ਬਰਾਬਰ ਹੋਣਾ ਚਾਹੀਦਾ। ਜੇ ਇਹ ਵੀ 65 ਕਿਲੋ ਹੈ ਤੇ ਇਹ ਵੀ 65 ਕਿਲੋ ਹੋਣੀ ਚਾਹੀਦੀ, 66 ਜਾਂ 65 ਹੋਗੀ ਤਾਂ ਇਹ ਗਲਤ ਹੈ। ਠੀਕ ਹੈ, ਬਿਲਕੁਲ 65 ਦਾ ਮਤਲਬ 65। ਦੂਜੀ ਗੱਲ, ਇਕੁਅਲ ਵਿੱਚ ਹੁਣ ਡਾਇਰੈਕਸ਼ਨ ਵੀ ਸੇਮ ਹੀ ਹੋਣੀ ਚਾਹੀਦੀ ਹੈ। ਜੇ ਇਹ ਮੋਗੇ ਤੋਂ ਲੁਧਿਆਣੇ ਗਿਆ ਤਾਂ ਇਹ ਵੀ ਮੋਗੇ ਤੋਂ ਲੁਧਿਆਣੇ ਹੀ ਜਾਊਗਾ। ਇਕੁਅਲ ਤਾਂ ਮੰਨਿਆ ਜੇ ਸਾਰਾ ਕੁਝ ਬਰਾਬਰ ਹੋਊਗਾ, ਡਿਸਟੈਂਸ ਵੀ ਤੇ ਡਾਇਰੈਕਸ਼ਨ। ਹੁਣ ਉਦੋਂ ਆਪਾਂ ਦੋ ਵੈਕਟਰਸ ਨੂੰ ਇਕੁਅਲ ਕਰਾਂਗੇ, ਸਾਰੇ ਕੁਐਸਚਨਸ ਏਸ ਬੇਸਡ ਹੋਣਗੇ, ਆਪਾਂ ਕਰਾਂਗੇ ਅੱਗੇ ਸਮਝ ਲੱਗ। ਹੁਣ ਨੈਗੇਟਿਵ ਆਫ ਅ ਵੈਕਟਰ ਮਤਲਬ ਕਿ ਜਿਵੇਂ ਮੈਂ ਆਪਾਂ ਇੱਥੇ ਕਿਹਾ ਕਿ ਇੱਕ ਵੈਕਟਰ ਮੰਨ ਲਓ ਇਹ ਮੋਗੇ ਤੋਂ ਲੁਧਿਆਣੇ ਗਿਆ ਤੇ ਬੀ ਵੈਕਟਰ ਮੋਗੇ ਤੋਂ ਫਿਰੋਜ਼ਪੁਰ ਗਿਆ, ਤਾਂ ਮਤਲਬ ਦੂਜੇ ਦਾ ਉਲਟ ਦਿਸ਼ਾ ਜਿਹੜਾ ਨਾ, ਉਦੋਂ ਉਹਨੂੰ ਆਪਾਂ ਨੈਗੇਟਿਵ ਕਹਾਂਗੇ। ਡਿਸਟੈਂਸ ਕੋਈ ਵੀ ਹੋ ਸਕਦਾ, ਡਾਇਰੈਕਸ਼ਨ ਉਲਟ ਹੋ। ਇਹ ਧਿਆਨ ਰੱਖੋ ਜੋ ਮੈਂ ਸ਼ਬਦ ਕਹਿ ਰਹੀ ਹਾਂ, ਕਿੱਥੇ ਮੈਂ ਕਹਿ ਰਹੀ ਹਾਂ ਕਿ ਡਿਸਟੈਂਸ ਸੇਮ ਚਾਹੀਦਾ, ਡਾਇਰੈਕਸ਼ਨ ਕੋਈ ਵੀ ਹੋ ਸਕਦੀ ਹੈ। ਇੱਥੇ ਮੈਂ ਕਹਿ ਰਹੀ ਹਾਂ ਕਿ ਡਿਸਟੈਂਸ ਏ ਤੇ ਬੀ ਵੈਕਟਰ ਦਾ ਕੁਝ ਵੀ ਹੋ ਸਕਦਾ, ਇਹ 65 ਕਿਲੋ 68 ਕਿਲੋ ਹੋ ਸਕਦਾ, ਪਰ
ਇੱਧਰ ਨੂੰ ਗਿਆ ਤਾਂ b ਨੇ ਉਹਦੇ ਉਲਟ ਹੀ ਚੱਲਿਆ ਤਾਂ b ਨੂੰ a ਨਾਲ 네ਗੇਟਿਵ ਕਵਾਂਗੇ। ਮੈਮ ਫਿਰ ਇਹਨੂੰ ਲਿਖਾਂਗੇ ਕਿਵੇਂ b - a a ਨੂੰ ਕਿਉਂਕਿ ਡਾਇਰੈਕਸ਼ਨ ਕੀ ਹੋ ਗਈ ਆਪਣੀ ਉਲਟ। ਕਿਸੇ ਨੂੰ ਕੋਈ ਪ੍ਰੋਬਲਮ? ਇਹ ਟਾਈਪਸ ਪਤਾ ਚੱਲ ਗਈਆਂ। ਆਪਾਂ 10 ਪੁਆਇੰਟ ਇੱਕ ਕਰਨ ਲੱਗੇ ਹਾਂ, ਬਹੁਤ ਸੌਖੀ ਹੈ ਇਹ 1 ਮਾਰਕ ਵਾਲੇ ਆਬਜੈਕਟਿਵ ਕੁਐਸਚਨ। ਠੀਕ ਹੈ ਜੀ, ਉਹਨਾਂ ਨੇ ਕਿਹਾ ਆ ਮੈਂ ਤੁਹਾਡੇ ਸਾਹਮਣੇ ਐਗਜ਼ਾਮਪਲ ਲਿਖਿਆ, ਉਹਨਾਂ ਨੇ ਕਿਹਾ ਕਿ ਦੱਸੋ ਇਹ ਸਕੇਲਰ ਹੈ ਕਿ ਵੈਕਟਰ। 10 ਕਿਲੋ ਕੀ ਹੁੰਦਾ? ਭਾਰ ਹੁੰਦਾ ਹੈ, ਵੇਟ। ਇਕੱਲੇ ਦੀ ਕੋਈ ਡਾਇਰੈਕਸ਼ਨ ਨਹੀਂ ਹੁੰਦੀ ਤੇ ਕੀ ਹੈ? ਸਕੇਲਰ। ਅਗਲਾ ਦੱਸੋ ਸਕੇਲਰ ਕਿ ਵੈਕਟਰ? ਵੈਕਟਰ। ਵੈਕਟਰ ਡਿਸਟੈਂਸ ਹੀ ਦੱਸਿਆ, ਨਾਰਥ ਵੈਸਟ ਡਾਇਰੈਕਸ਼ਨ ਵੀ ਦੱਸੀ ਹੈ, ਵੈਕਟਰ। ਅਗਲਾ ਦੱਸੋ ਐਂਗਲ ਹੈ 40 ਡਿਗਰੀ ਦਾ, ਸਿੰਪਲ ਸਕੇਲ। ਅੱਗੇ ਸਕੇਲ ਕਿਉਂ? ਦੇਖੋ 40 ਵਾਟ ਕੀ ਹੁੰਦਾ? ਕਰੰਟ ਹੁੰਦਾ, ਕਰੰਟ ਦੀ ਕੋਈ ਡਾਇਰੈਕਸ਼ਨ ਤਾਂ ਹੁੰਦੀ ਨਹੀਂ। 40 ਵਾਟ ਵਾਲਾ ਸਕੇਲ। ਅੱਗੇ ਸਕੇਲਰ ਪਰ ਇਹ ਹੁੰਦਾ ਕਿ